ਸਭ ਕੀਤਾ, ਮਕਾਨ ਬਣਾਇਆ, ਡਿਗਰੀ ਡਿਪਲੋਮੇ ਕਰਾਏ, ਅੱਜ ਟਾਈਮ ਆ ਗਿਆ ਖਰਾ ਦਾਤਾ ਦੀ ਕਿਰਪਾ ਨੇ ਉਹਨਾਂ ਦੇ ਚਰਨਾਂ ਚਾਹ ਗਏ। ਬਥੇਰਾ ਕੋਈ ਦੇਖ ਲਓ ਕਿਸੇ ਮਾਪੇ ਨੇ ਇਹ ਨਹੀਂ ਕਿਹਾ ਕਿ ਮੇਰੇ ਬੱਚੇ ਨੇ ਮੈਨੂੰ ਛੱਡ ਦਿਓ, ਬੱਚੇ ਬਣ ਦਿੱਤਾ ਫਿਰ ਬਾਅਦ ਕਰਦੇ ਫਿਰ ਦੱਸ ਦਿਓ ਸਾਨੂੰ। ਹਾਂ ਤੈਨੂੰ ਕੌਣ ਛੱਡ ਕੇ ਗਿਆ ਤੇ? ਉਹ ਕਿੱਥੇ ਨੇ? ਤੈਨੂੰ ਕਿਉਂ ਛੱਡ ਗਏ ਤੇ? ਉਹ ਤੈਨੂੰ ਕਿਤੇ ਲੈ ਕੇ ਨੀ ਜਾਂਦੇ ਸੀਗੇ? ਨਹੀਂ ਜਮੀਨ ਪਾਪਾ ਜੀ ਉਹ ਕਿਉਂ ਨੀ ਕਰਦੇ? ਪਤਾ ਨੀ ਫੋਨ ਕਰਦਾ ਰਹਿੰਦਾ ਟਾਂਡੇ ਆ ਕੇ ਮੁੜ ਗਿਆ। ਇਟਲੀ ਕਿੱਥੇ ਰਹਿੰਦਾ? ਬ੍ਰੇਸ਼ੀਆ। ਤੁਹਾਨੂੰ ਪੈਸੇ ਪੂਸੇ ਨੀ ਭੇਜਦਾ? ਉੱਥੇ ਕਿਉਂ ਨੀ ਬੁਲਾਉਂਦਾ ਤੁਹਾਨੂੰ ਆਪਣੇ ਕੋਲੇ? ਉੱਥੇ ਮੰਗਾ ਦੇ, ਮੇਰੇ ਪਾਸਪੋਰਟ ਨੂੰ ਕਹਿੰਦਾ ਜ਼ਿਆਦਾ ਆ ਗਿਆ ਸਾਰੇ ਕਹਿੰਦਾ ਆ ਗਿਆ ਫਿਰ ਪਾਸਪੋਰਟ ਮੇਰੇ ਬਾਅਦ ਜਾਂ ਪਾਸਪੋਰਟ ਤੱਕ ਜਾਵਾਂਗਾ। ਪਾਸਪੋਰਟ ਬਣਾਉਣ ਨੂੰ ਕਿਤੇ ਬਰੇ ਲੱਗਦਾ ਨਹੀਂ? ਗੇਟ 'ਚ ਜਾਵਾਂ ਤਾਂ ਹੀ ਮਿਲੇਗਾ। ਦੇਖ ਲਓ ਬੱਚਿਆਂ ਨੂੰ ਮਾਪੇ ਕਦੇ ਵੀ ਇਹ ਨਹੀਂ ਕਹਿੰਦੇ ਕਿ ਮੇਰੇ ਬੱਚੇ ਗਲਤ ਨੇ। ਬਾਪੂ ਕਹਿੰਦਾ ਕਿ ਜੇ ਮੈਂ ਇੱਥੋਂ ਬਾਹਰ ਜਾਊਂਗਾ ਫਿਰ ਪਾਸਪੋਰਟ ਬਣਾਉਂਗਾ, ਫਿਰ ਮੈਨੂੰ ਮੁੰਡਾ ਤਾਂ ਮੇਰਾ ਕਹੀ ਜਾਂਦਾ ਜਦੋਂ ਮਰਜ਼ੀ ਆ ਜਾ। ਜਿਹਨੇ ਕਦੇ ਪੁੱਛਿਆ ਮੈਨੂੰ ਹੋਰ ਕੌਣ ਹੈ? ਹੋਰ ਕੌਣ ਆ ਪਰਿਵਾਰ 'ਚ? ਹੋਰ ਭੈਣਾਂ ਹੈਗੇ, ਉਹ ਆਪਣੇ ਘਰ ਹੈ। ਉਹ ਕਿੱਥੇ ਨੇ? ਉਹ ਲੁਧਿਆਣੇ ਹੋ। ਮੇਰੇ ਜਦੋਂ ਇਨਲੋਜ ਦੇ ਵਿੱਚੋਂ ਮੇਰੀ ਸੱਸ ਦੀ ਡੈਥ ਹੋਈ ਮੇਰੇ ਸਹੁਰਾ ਸਭ ਇਕੱਲੇ ਰਹਿ ਗਏ। ਪਰ ਤੁਸੀਂ ਇੱਥੇ ਇਕੱਲੇ ਕਿਵੇਂ ਰਹੋਗੇ? ਚਲੋ ਮੇਰੇ ਕਹਿੰਦੇ ਘਰ ਆ ਤੇ ਮੈਂ ਘਰ ਕਿੱਦਾਂ ਚੱਕਣਾ ਤੁਸੀਂ? ਘਰ ਤਾਂ ਜੀਆਂ ਨਾਲ ਹੋਊਗੇ, ਮੈਂ ਉੱਥੋਂ ਲਿਆਂਦੇ, ਹੁਣ ਮੇਰੇ ਕੋਲ ਕਿਤੇ ਨਹੀਂ ਜਾਂਦੇ। ਕਹਿੰਦੇ ਮੈਨੂੰ ਇੱਥੇ ਹੁਣ ਮੇਰਾ ਦਿਲ ਲੱਗਦਾ, ਮੈਂ ਕਹਾਂ ਦੂਜੀ ਕੁੜੀ ਕੋਲ ਜਾਇਓ ਤੁਸੀਂ, ਉੱਥੇ ਜਾਇਓ ਨਹੀਂ। ਕਹਿੰਦੇ ਮੈਂ ਇੱਥੇ ਨਹੀਂ। ਬਜ਼ੁਰਗਾਂ ਨੂੰ ਕੀ ਚਾਹੀਦਾ? ਬਜ਼ੁਰਗ ਮੰਗਦੇ ਕੁਛ ਨਹੀਂ, ਕੁਛ ਵੀ ਨਹੀਂ ਮੰਗਦੇ ਬਜ਼ੁਰਗ। ਬੱਚੇ? ਬੱਚਾ ਇੱਕ ਸੀਗਾ, ਚਲਾ ਗਿਆ। ਕਿੱਥੇ? ਪਤਾ ਨਹੀਂ ਚੱਲ ਗਿਆ। ਇੰਦਰਜੀਤ ਨਿੱਕੂ ਆ ਮੈਂ। ਫਿਰ ਮੁੜ ਕਦੇ ਆਏ? ਮੁੜ ਕੇ ਕੰਮ ਖਤਮ ਹੋ ਗਿਆ। ਅੱਛਾ, ਕੰਮ ਖਤਮ ਹੋ ਗਿਆ। ਬੱਚੇ? ਬੱਚੇ ਇੱਥੇ ਆ। ਕਿੱਥੇ? ਚੁਕੀਟੀ ਗੁਰਦਾਨਪੁਰ ਆ ਜੀ। ਹੈ? ਚੁਕੀਟੀ ਚੁਕੀਟੀ ਗੁਰਦਾਨਪੁਰ ਆ ਜੀ। ਉਹ ਕੀ ਕਰਦੇ ਨੇ? ਇੱਕ ਸਕੂਲ 'ਚ ਇੱਕ ਕਾਲਜ ਵਿੱਚ ਟੀਚਰ ਆ। ਅੱਛਾ, ਟੀਚਰ ਨੇ? ਕੀ ਪੜ੍ਹਾਉਂਦੇ ਲੋਕਾਂ ਨੂੰ? ਕੀ ਪੜ੍ਹਾਉਣਗੇ ਉਹ?
ਇਹਨਾਂ ਨੇ ਆਪਣੇ ਮਾਪਿਆਂ ਨੂੰ ਇੱਦਾਂ ਛੱਡਿਆ ਹੋਇਆ? ਮੈਂ ਆਪਣੀ ਮਰਜ਼ੀ ਨਾਲ ਆਇਆ ਜੀ। ਅੱਛਾ ਅੱਛਾ, ਕੈਸੀ ਗੱਲ ਆ, ਕੋਈ ਮਾਪਾ ਨਹੀਂ ਕਹਿੰਦਾ ਕਿ ਮੇਰੇ ਬੱਚੇ ਨੇ ਮੈਨੂੰ ਛੱਡਿਆ? ਨਹੀਂ, ਆਪਣੀ ਮਰਜ਼ੀ ਨਾਲ ਆਇਆ। ਆਪਾਂ ਘਰ ਜਾਣਾ, ਘਰ ਜਾਣਾ ਕਿਉਂ? ਇੱਥੇ ਸਵਰ ਗਿਆ, ਆਪਣੇ ਘਰ ਨਾਲ ਜ਼ਿਆਦਾ ਸੁੱਖ ਮਿਲਦਾ। ਬੜੀ ਕਿਰਪਾ ਹੈ ਬਾਪੂ ਦਾ, ਮਕਾਨ ਉਹਨੇ ਖੋਲਿਆ, ਇਹਨੂੰ ਕੱਢ ਦਿੱਤਾ, ਇਹਦੀ ਐਫੜੀਆਂ ਰੱਖ ਲਈਆਂ। ਐਫੜੀ ਰੱਖ ਲਈ ਸੀ ਬੱਚਿਆਂ ਨੇ, ਮੈਂ ਦੁਬਾਰਾ ਡੁਪਲੀਕੇਟ ਬਣਵਾ ਕੇ ਪੈਸੇ ਕੋਲ ਆਏ ਉਹਦੇ। ਦੇਖੋ ਮੈਨੂੰ ਇਹ ਕਹਿੰਦੇ ਜੀ, ਮੈਂ ਕਿਹਾ ਸਾਨੂੰ ਆਸ਼ਰਮ ਨੂੰ ਲੋੜ ਨਹੀਂ ਪੈ ਰਹੀ, ਪਹਿਲੀ ਗੱਲ ਤਾਂ ਮੈਨੂੰ ਦੱਸੋ, ਜਿਹੜੇ ਬੱਚੇ ਨੇ ਆਪਣੇ ਮਾਪਿਆਂ ਨੂੰ ਇੱਦਾਂ ਛੱਡਿਆ ਹੋਇਆ, ਉਹ ਲੋਕਾਂ ਨੂੰ ਕੀ ਸਿੱਖਿਆ ਦੇਣਗੇ? ਰਾਸ਼ੀ ਨਹੀਂ ਰਲੀ, ਉਹ ਵੀ ਤਾਂ ਪੁੱਛਦਾ ਬੱਚੇ ਨੇ ਤੁਹਾਡੀ ਰਾਸ਼ੀ ਕਿਉਂ ਨਹੀਂ ਰਲੀ? ਮੈਨੂੰ ਸਿਰਫ ਉਹ ਬਿਜਲੀ ਗੱਲ ਦੱਸੋ ਜਿਹੜੀ ਛੱਡ ਜਾਂਦੇ ਹੋ, ਕਿ ਮੈਂ ਇੰਨਾ ਕੁਛ ਕੀਤਾ, ਘਰ ਬਣਾਤਾ, ਜਾਇਦਾਦਾਂ ਬਣਾਤੀਆਂ, ਬੱਚੇ ਪੜ੍ਹਾਤੇ, ਟੀਚਰ ਬਣਾਤੇ, ਉਹ ਤੋਂ ਬਾਅਦ ਚ ਉਹਨਾਂ ਨੇ ਕਿਉਂ ਨੀ ਰੱਖਿਆ? ਮੈਨੂੰ ਉਹ ਗੱਲ ਨੀ ਸਮਝ ਲੱਗੀ। ਨਹੀਂ, ਰਾਸ਼ੀ ਰਲੀ ਜੀ ਮੇਰੀ, ਉਹ ਨੂਹਾਂ ਦਾ ਦੱਸ ਕੀ ਗੱਲ ਹੁੰਦੀ ਹੈ, ਇਹ ਤਾਂ ਦੱਸ ਕੀ ਦੱਸਣਾ। ਆਪਾਂ ਇਕੱਠੇ ਹੋ ਕੇ ਸਕੂਲ ਵੈਸੇ ਗੇੜਾ ਮਾਰੇਗੀ, ਜਵਾਕਾਂ ਕੋਲ ਦੇਖਤਾ ਹੀ ਕਰਦੇ ਕੀ ਨੇ, ਹੱਥ ਨੀ ਜੋੜਦੇ, ਪਤਾ ਤਾਂ ਲੱਗੇ ਜਵਾਕ ਕਿੰਨਾ ਕੁ ਪਿਆਰ ਕਰਦੇ ਨੇ। ਉਹਨਾਂ ਦੀ ਮਰਜ਼ੀ ਹੈ ਜੀ, ਕੁਛ ਕਰਨੇ ਕੇ ਕਰਨੇ ਕੇ ਨਹੀਂ ਕਰਦਾ। ਮਰਜ਼ੀ ਨਹੀਂ ਰੱਖਦੇ, ਨਹੀਂ ਰੱਖਦੇ ਕਿਸੇ ਮਾਪੇ ਨੇ ਇਹ ਨੀ ਕਿਹਾ ਕਿ ਮੇਰੇ ਬੱਚੇ ਨੇ ਮੈਨੂੰ ਬੱਚੇ ਬਣਦੇ ਆਸ਼ਰਮ ਚੈਰੀਟੇਬਲ ਹੋਸਪਿਟਲ ਵਿੱਚ ਹੁਣ ਅੱਖਾਂ ਦੇ ਪ੍ਰੇਸ਼ਨ ਵੀ ਹੋਇਆ ਕਰੋ। ਅੱਗੇ ਪ੍ਰੇਸ਼ਨ ਅੱਗੇ ਵੀ ਹੁੰਦੇ ਸੀ, ਅੱਗੇ ਡਾਕਟਰ ਸਾਹਿਬ ਜਿਹੜੇ ਆਉਂਦੇ ਸੀ ਸੇਵਾ ਕਰਦੇ ਸੀ, ਆਪਣੇ ਹੋਸਪਿਟਲ ਜਾ ਕੇ ਕਰਦੇ ਸੀ, ਉਹ ਨੀਤੀ ਹੋ ਜਾਵੇ ਆਪਣੇ ਬਣਾ ਦਿਓ। ਅੱਛਾ, ਤੁਹਾਡਾ ਹੋਸਪਿਟਲ ਉਹਨਾਂ ਦਾ ਹੋਸਪਿਟਲ ਤਾਂ ਹੈ ਵੀ ਜਿਹੜਾ ਆਪਰੇਸ਼ਨ ਥੀਏਟਰ ਹੀ ਆਪਣਾ ਬਣ ਗਿਆ। ਅੱਛਾ, ਮੈਨੂੰ ਕਹਿੰਦਾ ਪਾਪਾ ਇੱਧਰ ਨਾ ਜਾਈ, ਤੇਰੀ ਨੂੰਹ ਨੇ ਮਾਰ ਦੇਣਾ, ਤੇਰੀ ਨੂੰਹ ਨੇ ਕਰ ਦੇਣਾ, ਤੂੰ ਇੱਧਰ ਨਾ ਜਾਈ, ਤੂੰ ਇੱਕ ਕੰਮ ਕਰ, ਤੂੰ ਇੱਥੋਂ ਨਿਕਲ ਕੇ ਕਿਤੇ ਹੋਰ ਜਾ, ਆਪਦੀ ਜਾਨ ਬਚਾ। ਅੰਜੂ ਆਵੇ ਬਾਪੂ, ਅੰਜੂ ਨੇ ਲਿਆਣੇ, ਆ ਪਰਮਾਤਮਾ ਦਾ ਸਭ ਕੁਝ ਤੁਹਾਡੇ ਕੋਲ ਆ, ਤਾਂ ਵਧੀਆ ਘੱਟ ਟੈਨਸ਼ਨ ਨਿਕਲ ਜਾਂਦੀ ਆ। ਦੇਖੋ ਬਾਰਡਰਾਂ ਤੇ ਲੜਾਈਆਂ ਲੜਨ ਵਾਲਾ ਬਾਪੂ ਘਰੇ ਆ ਕੇ ਆਪਣੇ ਘਰ ਦੀ ਲੜਾਈ ਹਾਰ ਗਿਆ। ਸਾਡੇ ਬੱਚੇ ਬੱਚਿਆਂ ਨੂੰ ਕਾਫੀ ਸਾਲ ਉਮਰ ਹੋ ਗਈ ਹੈ।